ਸਸਿਕਾ ਜੀ ਪੰਜਾਬ ਸਟਾਰ ਟੀਵੀ ਦੇ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਰੀਨਾ ਸੁਮਨ ਤੇ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਸਟੀਫਨ ਡੈਲਡੁਕਾ ਬਣੇ ਓਨਟਾਰੀਓ ਲਿਬਰਲ ਪਾਰਟੀ ਦੇ ਨਵੇਂ ਲੀਡਰ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਲਈ ਕੇਨੀ ਨੇ ਅਟੂਲ ਦੀ ਕੀਤੀ ਹਮਾਇਤ ਬ੍ਰੈਂਪਟਨ ਦੇ ਪੰਜਾਬੀ ਵੀ ਉਤਰੇ ਐਰਨ ਅਟੂਲ ਦੀ ਹਮਾਇਤ ਤੇ ਨੇਹਾ ਕੱਕੜ ਦਾ ਸ਼ੋਅ 18 ਅਪ੍ਰੈਲ ਨੂੰ ਹੁਣ ਗ੍ਰੈਂਡ ਪ੍ਰਿੰਸਿਸ ਸਮੁੰਦਰੀ ਬੇੜੇ ਨੂੰ ਕੈਲੀਫੋਰਨੀਆ ਦੇ ਤੱਟ ਉੱਤੇ ਗਿਆ ਰੋਕਿਆ ਇਸ ਜਹਾਜ਼ ਵਿੱਚ ਸਵਾਰ ਹਨ 235 ਕੈਨੇਡੀਅਨ ਕੋਵਿਡ-19 ਦੀ ਜਾਂਚ ਤੋਂ ਬਾਅਦ ਹੀ ਯਾਤਰੀਆਂ ਨੂੰ ਕਰੂਜ਼ ਤੋਂ ਉਤਾਰਨ ਦੀ ਸੰਭਾਵਨਾ ਮਨਮੀਤ ਸਿੰਘ ਪੁਲਰ ਫਾਊਂਡੇਸ਼ਨ ਕਰੇਗੀ ਚੈਰੀਟੇਬਲ ਸੰਸਥਾਵਾਂ ਦੀ ਆਰਥਿਕ ਮਦਦ ਸੈਨ ਡਿਆਂਗੋ ਵਿੱਚ 10 ਸਾਲਾ ਬੱਚੇ ਨੇ ਪੁਲਿਸ ਅਧਿਕਾਰੀਆਂ ਤੇ ਚਲਾਈਆਂ ਗੋਲੀਆਂ ਗਰੀਬੀ ਦੀ ਪਰਿਭਾਸ਼ਾ ਅਤੇ ਸਰਕਾਰੀ ਅੰਕੜਿਆਂ ਦੀ ਖੇਡ ਸਟੀਵਨ ਡੈਲਡੁਕਾ ਬਣੇ ਓਨਟਾਰੀਓ ਲਿਬਰਲ ਪਾਰਟੀ ਦੇ ਨਵੇਂ ਲੀਡਰ ਓਨਟਾਰੀਓ ਦੇ ਲਿਬਰਲਾਂ ਵੱਲੋਂ ਲੰਘੇ ਸ਼ਨਿਚਰਵਾਰ ਸਾਬਕਾ ਕੈਬਨਿਟ ਮੰਤਰੀ ਸਟੀਵਨ ਡੈਲਡੁਕਾ ਨੂੰ ਆਪਣੀ ਪਾਰਟੀ ਦਾ ਨਵਾਂ ਲੀਡਰ ਚੁਣ ਲਿਆ ਗਿਆ ਹੈ ਹੁਣ ਨਵਾਂ ਆਗੂ ਸਾਬਕਾ ਪ੍ਰੀਮੀਅਰ ਕੈਥਲੀਨ ਵਿਨ ਜਿਨ੍ਹਾਂ ਨੇ 2018 ਵਿੱਚ ਚੋਣਾਂ ਦੇ ਨਕਾਰਾਤਮਕ ਨਤੀਜਿਆਂ ਤੋਂ ਬਾਅਦ ਆਪਣੀ ਗੱਦੀ ਛੱਡ ਦਿੱਤੀ ਸੀ ਦੀ ਥਾਂ ਲਵੇਗਾ ਬਹੁ ਗਿਣਤੀ ਸਰਕਾਰ ਦੀ ਥਾਂ ਲਿਬਰਲਾਂ ਦਾ ਵਿਧਾਨ ਸਭਾ ਵਿੱਚ ਤੀਜਾ ਸਥਾਨ ਹੋ ਗਿਆ ਹੈ ਤੇ ਉਹਨਾਂ ਕੋਲ ਅਧਿਕਾਰਿਤ ਪਾਰਟੀ ਦਾ ਦਰਜਾ ਵੀ ਨਹੀਂ ਹੈ ਇਸ ਸਮੇਂ ਉਹਨਾਂ ਕੋਲ 8 ਸੀਟਾਂ ਹਨ ਤੇ ਪਿਛਲੀਆਂ ਚੋਣਾਂ ਦੌਰਾਨ ਸਿਰ ਚੜਿਆ ਕਈ ਮਿਲੀਅਨ ਡਾਲਰ ਦਾ ਕਰਜ਼ਾ ਹੈ ਬੀਤੇ ਸ਼ਨੀਚਰਵਾਰ ਹੋਈ ਚੋਣ ਸਮੇਂ ਡੈਲੀਗੇਟਸ ਨੂੰ ਸਵੇਰ ਸਮੇਂ ਦਿੱਤੇ ਭਾਸ਼ਣ ਵਿੱਚ ਡੈਲਡੁਕਾ ਨੇ ਮੰਨਿਆ ਕਿ ਪਾਰਟੀ ਨੂੰ ਆਉਣ ਵਾਲੇ ਸਮੇਂ ਵਿੱਚ ਕਾਫੀ ਮਿਹਨਤ ਕਰਨੀ ਹੋਵੇਗੀ ਉਹਨਾਂ ਆਖਿਆ ਕਿ ਲਿਬਰਲਾਂ ਅੱਗੇ ਕੋਈ ਰਾਹ ਸੌਖਾ ਨਹੀਂ ਹੈ ਕਿਉਂਕਿ ਸਾਡੇ ਕੋਲ ਕਰਨ ਲਈ ਕਾਫੀ ਕੰਮ ਹੈ ਸਾਨੂੰ ਕਈ ਮਿਲੀਅਨ ਡਾਲਰ ਇਕੱਠੇ ਕਰਨੇ ਹੋਣਗੇ ਸਾਨੂੰ ਅਜਿਹੇ ਉਮੀਦਵਾਰ ਵੀ ਚੁਣਨੇ ਹੋਣਗੇ ਜਿਹੜੇ ਓਨਟਾਰੀਓ ਦੀ ਵਿਲੱਖਣਤਾ ਵਨ ਸੁਵੰਨਤਾ ਨੂੰ ਦਰਸਾਉਣ ਇਸ ਤੋਂ ਇਲਾਵਾ ਸਾਨੂੰ ਅਜਿਹੇ ਵਿਚਾਰ ਲਿਆਉਣੇ ਹੋਣਗੇ ਜਿਹੜੇ ਲੋਕਾਂ ਨੂੰ ਇੱਕ ਵਾਰੀ ਫਿਰ ਪ੍ਰੇਰਿਤ ਕਰ ਸਕਣ ਤੇ ਉਹਨਾਂ ਨੂੰ ਇਹ ਭਰੋਸਾ ਹੋ ਸਕੇ ਕਿ ਉਹ ਸਾਡੇ ਉੱਤੇ ਯਕੀਨ ਕਰ ਸਕਦੇ ਹਨ ਡੈਲਡੁਕਾ ਨੇ ਆਖਿਆ ਕਿ ਉਹ ਲੋਕਾਂ ਦੀ ਸਿੱਖਿਆ ਸਿਹਤ ਸੰਭਾਲ ਤੇ ਕਲਾਈਮੇਟ ਚੇਂਜ ਲਈ ਲੜਨਾ ਚਾਹੁੰਦੇ ਹਨ Michael Cotto, 363, and the next leader of the Ontario Liberal Party, and the next Premier of Ontario, Mr. Stephen Delduca, 1,258. I don't believe that we lost as badly as we did back in 2018 because we lost touch with Queen's Park. I feel that we, over that time that we were in power, we lost touch with people all across the province in their everyday lives. And one of the reasons that I've had success in this leadership journey is because I've been touring relentlessly, talking to Ontarians, reconnecting with them, getting a better chance to hear from them directly about what they felt that we did well and where they feel that we need to do better going forward. I think that we have a lot of work to do in order to regain, with humility, in order to regain the trust of the people of this province. And so I want to remain focused on continuing to talk to Ontarians where they live. And to hear directly from them. ਲੀਡਰਸ਼ਿਪ ਕੈਂਪਨ ਦੌਰਾਨ ਡੈਲਡੁਕਾ ਨੇ ਇਲੈਕਟ੍ਰਿਕ ਵਹੀਕਲ ਖਰੀਦਣ ਚਾਰਜਿੰਗ ਇਨਫਰਾਸਟ੍ਰਕਚਰ ਲਈ ਹੋਰ ਫੰਡਿੰਗ ਰੱਖਣ ਲੰਮੇ ਸਮੇਂ ਲਈ ਸਟੈਮ ਐਜੂਕੇਸ਼ਨ ਸਟ੍ਰੈਟਜੀ ਵਿਕਸਿਤ ਕਰਨ ਤੇ ਗੈਸ ਟੈਕਸ ਤੋਂ ਮਿਊਨਿਸਪੈਲਿਟੀਜ਼ ਨੂੰ ਹਾਸਲ ਹੋਣ ਵਾਲੀ ਰਕਮ ਵਿੱਚ ਵਾਧਾ ਕਰਨ ਦਾ ਵਾਅਦਾ ਕੀਤਾ ਸੀ ਇਸ ਲੀਡਰਸ਼ਿਪ ਦੌੜ ਵਿੱਚ ਸਾਬਕਾ ਕੈਬਨਿਟ ਮੰਤਰੀ ਮਾਈਕਲ ਕੋਟਿਓ ਕੇਟ ਗ੍ਰਾਹਮ ਸਾਬਕਾ ਸਿੱਖਿਆ ਮੰਤਰੀ ਮਿਤਜੀ ਹੰਟਰ ਸਾਬਕਾ ਕਾਲਜ ਐਡਮਿਨਿਸਟ੍ਰੇਟਰ ਤੇ ਪਬਲਿਕ ਸਰਵੈਂਟ ਐਲਵਿਨ ਤੇਡਜ਼ੋ ਤੇ ਵਕੀਲ ਬ੍ਰੈਂਡਾ ਹਾਲਿੰਗਸਵਰਥ ਵੀ ਸ਼ਾਮਲ ਸਨ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਲਈ ਕੇਨੀ ਨੇ ਅਟੂਲ ਦੀ ਕੀਤੀ ਹਮਾਇਤ ਐਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਜਿਨ੍ਹਾਂ ਨੂੰ ਕੈਨੇਡਾ ਵਿੱਚ ਕੰਜ਼ਰਵੇਟਿਵ ਮੁਹਿੰਮ ਨਾਲ ਜੁੜੇ ਲੀਡਰਸ ਦਾ ਰਾਜਾ ਮੰਨਿਆ ਜਾਂਦਾ ਹੈ ਵੱਲੋਂ ਫੈਡਰਲ ਪਾਰਟੀ ਦੀ ਅਗਵਾਈ ਲਈ ਐਰਨ ਅਟੂਲ ਦਾ ਸਮਰਥਨ ਕੀਤਾ ਜਾ ਰਿਹਾ ਹੈ ਕੰਜ਼ਰਵੇਟਿਵ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਪੀਟਰ ਮਕੇ ਦੀ ਕੈਂਪਨ ਵੱਲੋਂ ਹੁਣ ਤੱਕ 1 ਮਿਲੀਅਨ ਡਾਲਰ ਇਕੱਠਾ ਕਰ ਲਏ ਜਾਣ ਤੋਂ ਬਾਅਦ ਹੀ ਅਟੂਲ ਨੂੰ ਕੈਨੀ ਦਾ ਸਮਰਥਨ ਮਿਲ ਰਿਹਾ ਮੰਨਿਆ ਜਾ ਰਿਹਾ ਹੈ ਹਾਲਾਂਕਿ ਮਕੇ ਨੂੰ ਵੀ ਕਈ ਕੰਜ਼ਰਵੇਟਿਵ ਐਮਪੀਜ਼ ਵੱਲੋਂ ਸਮਰਥਨ ਹਾਸਲ ਹੋ ਚੁੱਕਿਆ ਹੈ ਲੀਡਰਸ਼ਿਪ ਦੌੜ ਵਿੱਚ ਕੈਨੀ ਦੇ ਸਮਰਥਨ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਐਲਬਰਟਾ ਦੇ ਪ੍ਰੀਮੀਅਰ ਕੈਨੀ ਨੇ 1997 ਤੋਂ ਲੈ ਕੇ 2016 ਤੱਕ ਐਮਪੀ ਵਜੋਂ ਸੇਵਾ ਨਿਭਾਈ ਹੈ ਤੇ ਮੌਜੂਦਾ ਕੰਜ਼ਰਵੇਟਿਵ ਪਾਰਟੀ ਦੇ ਪ੍ਰਸਾਰ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਰਹੀ ਹੈ ਖਾਸ ਤੌਰ ਉੱਤੇ ਸਭ ਅਰਬਨ ਕੈਨੇਡੀਅਨਾਂ ਦਰਮਿਆਨ ਇਹ ਵੀ ਮੰਨਿਆ ਜਾਂਦਾ ਹੈ ਕਿ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਟੌਰਿਸ ਨੇ ਪੱਕੇ ਪੈਰੀ 2006 ਵਿੱਚ ਘੱਟ ਗਿਣਤੀ ਸਰਕਾਰ ਤੋਂ ਲੈ ਕੇ 2011 ਵਿੱਚ ਬਹੁ ਗਿਣਤੀ ਸਰਕਾਰ ਬਣਨ ਤੱਕ ਦਾ ਆਪਣਾ ਸਫ਼ਰ ਤੈਅ ਕੀਤਾ ਅਟੂਲ ਤੇ ਮਕੈ ਦੋਵੇਂ ਹੀ ਕੈਨੀ ਨਾਲ ਉਸ ਕੈਬਨਿਟ ਵਿੱਚ ਰਹੇ ਹਨ ਕੈਨੀ ਨੇ ਆਖਿਆ ਕਿ ਵੈਸਟ ਅਤੇ ਸਾਡੀ ਊਰਜਾ ਇੰਡਸਟਰੀ ਨੂੰ ਦਰਪੇਸ਼ ਚੁਣੌਤੀਆਂ ਪ੍ਰਤੀ ਅਟੂਲ ਦੀ ਸਮਝ ਨੂੰ ਲੈ ਕੇ ਉਹ ਕਾਫੀ ਪ੍ਰਭਾਵਿਤ ਹਨ ਇਸ ਹਫਤੇ ਅਟੂਲ ਆਪਣੇ ਫੁੱਲ ਪਾਲਿਸੀ ਦਸਤਾਵੇਜ਼ ਦਾ ਖੁਲਾਸਾ ਕਰਨ ਜਾ ਰਹੇ ਹਨ ਇਸ ਦੌਰਾਨ ਹਰਪਰ ਸਰਕਾਰ ਵਿੱਚ ਨਿਆਂ ਮੰਤਰੀ ਰਹਿ ਚੁੱਕੇ ਮਕੇ ਨੇ ਆਪਣੇ ਪਿਛਲੇ ਕੁਝ ਦਿਨ ਕੈਨੀ ਦੇ ਪ੍ਰੋਵਿੰਸ਼ੀਅਲ ਐਲਬਰਟਾ ਵਿੱਚ ਕੈਂਪਿੰਗ ਕਰਦਿਆਂ ਗੁਜ਼ਾਰੇ
ਤੇ ਹੁਣ ਸ਼ੇਅਰ ਦੀ ਟੈਰੀਟਰੀ ਰਜ਼ਾਈਨਾ ਵਿੱਚ ਆਪਣੀ ਕੈਂਪੇਨ ਲੈ ਗਏ ਹਨ। ਇੱਥੇ ਉਹ ਰਜ਼ਾਈਨਾ ਚੈਂਬਰ ਆਫ ਕਮਰਸ ਵਿੱਚ ਭਾਸ਼ਣ ਦੇਣਗੇ। ਜ਼ਿਕਰਯੋਗ ਹੈ ਕਿ ਹੁਣ ਤੱਕ ਸਿਰਫ ਮਕੇ ਅਤੇ ਅਟੂਲ ਹੀ ਰਸਮੀ ਤੌਰ ਉੱਤੇ ਲੀਡਰਸ਼ਿਪ ਦੌੜ ਲਈ ਮੈਦਾਨ ਵਿੱਚ ਹਨ। ਉਹਨਾਂ ਵੱਲੋਂ ਪਾਰਟੀ ਦੀਆਂ ਸ਼ਰਤਾਂ ਮੁਤਾਬਕ $300,000 ਦੀ ਫੀਸ ਤੇ 3000 ਮੈਂਬਰਾਂ ਦੇ ਦਸਤਖਤ ਇਕੱਠੇ ਕਰ ਲਏ ਗਏ ਹਨ। 6 ਹੋਰ ਉਮੀਦਵਾਰ ਅਜੇ ਵੀ ਇਹਨਾਂ ਸ਼ਰਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕੋਲ ਅਜਿਹਾ ਕਰਨ ਲਈ 25 ਮਾਰਚ ਤੱਕ ਦਾ ਸਮਾਂ ਹੈ। ਬ੍ਰੈਂਪਟਨ ਦੇ ਪੰਜਾਬੀ ਵੀ ਉਤਰੇ ਐਰਿਲ ਅਟੂਲ ਦੀ ਹਮਾਇਤ ਤੇ। ਕੰਜ਼ਰਵੇਟਿਵ ਪਾਰਟੀ ਦੇ ਨਵੇਂ ਲੀਡਰ ਦੀ ਚੋਣ ਲਈ ਸਰਗਰਮੀਆਂ ਪੂਰੇ ਜ਼ੋਰਾਂ ਤੇ ਹਨ। ਹੁਣ ਤੱਕ ਮੈਦਾਨ ਵਿੱਚ ਕਈ ਉਮੀਦਵਾਰ ਉਤਰ ਚੁੱਕੇ ਹਨ, ਪਰ ਪੀਟਰ ਮਕੇ ਅਤੇ ਐਰਿਨ ਅਟੂਲ ਦਾ ਨਾਮ ਮੁੱਖ ਤੌਰ ਤੇ ਚਰਚਾ ਵਿੱਚ ਹੈ। ਇਹ ਦੋਵੇਂ ਲੀਡਰ ਕੈਨੇਡਾ ਭਰ ਵਿੱਚ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ। ਇਸ ਸੰਬੰਧ ਵਿੱਚ ਅਟੂਲ ਲੰਘੇ ਐਤਵਾਰ ਓਨਟਾਰੀਓ ਦੇ ਸ਼ਹਿਰ ਅਤੇ ਪੰਜਾਬੀਆਂ ਦੇ ਗੜ੍ਹ ਬ੍ਰੈਂਪਟਨ ਪਹੁੰਚੇ। ASL ਗਲੋਬਲ ਲੌਜਿਸਟਿਕ ਦੇ ਦਫ਼ਤਰ ਵਿੱਚ ਉਹ ਪੰਜਾਬੀ ਭਾਈਚਾਰੇ ਦੇ ਬਿਜ਼ਨਸ ਵੀਰਾਂ ਨੂੰ ਮਿਲੇ। ਸ਼ਮਸ਼ੇਰ ਗਿੱਲ ਵੱਲੋਂ ਅਟੂਲ ਦਾ ਤਾਰਫ ਮੌਜੂਦਾ ਪਤਵੰਤਿਆਂ ਨਾਲ ਕਰਵਾਇਆ। ਅਟੂਲ ਨੇ ਪੰਜਾਬੀ ਬਿਜ਼ਨਸ ਵੀਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਮੈਨੂੰ ਤੁਹਾਡੀ ਹਮਾਇਤ ਦੀ ਬਹੁਤ ਲੋੜ ਹੈ। ਮੈਂ ਕੋਈ ਪੇਸ਼ੇਵਰ ਸਿਆਸਤਦਾਨ ਨਹੀਂ ਹਾਂ ਤੇ ਮੈਂ ਤੁਹਾਡੇ ਵਾਂਗ ਮਿਹਨਤ ਕਰਨ ਨਾਲ ਇਸ ਮੁਕਾਮ ਤੱਕ ਪਹੁੰਚਿਆ ਹਾਂ। ਉਹਨਾਂ ਦੱਸਿਆ ਕਿ 12 ਸਾਲ ਕੈਨੇਡੀਅਨ 에ਅਰ ਫੋਰਸ ਵਿੱਚ ਨੌਕਰੀ ਕੀਤੀ ਅਤੇ 6 ਸਾਲ ਵਕੀਲ ਵਜੋਂ ਕੰਮ ਕੀਤਾ। ਉਸ ਤੋਂ ਬਾਅਦ ਸਿਆਸਤ ਵਿੱਚ ਕਦਮ ਰੱਖਿਆ ਅਤੇ ਸਟੀਫਨ ਹਾਰਪਰ ਦੀ ਕੈਬਨਿਟ ਵਿੱਚ ਮੰਤਰੀ ਵੀ ਰਹੇ। ਹੁਣ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੀ ਚੋਣ ਲੜ ਰਹੇ ਹਨ। ਉਹਨਾਂ ਕਿਹਾ ਕਿ ਓਨਟਾਰੀਓ ਵਿੱਚ ਜਿੱਥੇ-ਜਿੱਥੇ ਵੀ ਤੁਹਾਨੂੰ ਕੋਈ ਜਾਣਦਾ ਹੈ ਉਸ ਨੂੰ ਇਸ ਲੀਡਰਸ਼ਿਪ ਚੋਣ ਬਾਰੇ ਜਾਣੂ ਕਰਵਾਓ। ਇਸੇ ਇਕੱਠ ਵਿੱਚ ਮੌਜੂਦ ਸਮੂਹ ਪਤਵੰਤਿਆਂ ਨੇ ਐਰਿਨ ਅਟੂਲ ਦੀ ਹਮਾਇਤ ਦਾ ਵਾਅਦਾ ਕੀਤਾ। ਇਸ ਮੌਕੇ ਤੇ ਮੌਜੂਦ ਪਤਵੰਤਿਆਂ ਵਿੱਚ ASL ਗਲੋਬਲ ਲੌਜਿਸਟਿਕ ਦੇ ਮਾਲਕ ਹਰਵਿੰਦਰ ਬਾਸੀ ਤੇ ਸੁੱਖਾ ਬਾਸੀ, PNG ਲੈਂਡਸਕੇਪਿੰਗ ਦੇ ਗੁਰਮੇਲ ਧਾਲੀਵਾਲ, ਰਾਇਲ ਲਪੇਜ਼ ਫਲਾਵਰ ਸਿਟੀ ਤੋਂ ਨਿਰਮਲ ਬਰਾੜ, ਮਿਲੇਨੀਅਮ ਟਾਇਰ ਸੈਂਟਰ ਤੋਂ ਇੰਦਰਜੀਤ ਧੁੱਗਾ, ਵਾਨੀ ਰੈਸਟੋਰੈਂਟ ਦੇ ਪਰਮਿੰਦਰ ਗਿੱਲ, ਸਿਮਰ ਸਿੱਧੂ, ਗੁਰਵਿੰਦਰ ਗਿੱਲ, ਕਮਲ ਸਿੰਘ ਅਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ। ਕੰਜ਼ਰਵੇਟਿਵ ਪਾਰਟੀ ਦੇ ਨਵੇਂ ਲੀਡਰ ਦੀ ਚੋਣ ਇਸੇ ਸਾਲ ਜੂਨ ਵਿੱਚ ਹੋਣ ਜਾ ਰਹੀ ਹੈ। ਤੁਸੀਂ ਵੇਖ ਰਹੇ ਹੋ ਪੰਜਾਬ ਸਟਾਰ TV ਤੇ ਨਿਊਜ਼ ਬੁਲੇਟਿਨ ਟੋਰਾਂਟੋ ਤੋਂ, ਤੇ ਆਓ ਜੀ ਵੱਧਦੇ ਹਾਂ ਅਗਲੀ ਖਬਰ ਵੱਲ। ਨੇਹਾ ਕੱਕੜ ਦਾ ਸ਼ੋਅ 18 ਅਪ੍ਰੈਲ ਨੂੰ। ਬਾਲੀਵੁੱਡ ਵਿੱਚ ਆਪਣੇ ਗੀਤਾਂ ਨਾਲ ਧੂਮ ਮਚਾ ਰਹੀ ਗਾਇਕਾ ਨੇਹਾ ਕੱਕੜ ਇਸ ਸਮੇਂ ਦੁਨੀਆ ਵਿੱਚ ਬਾਲੀਵੁੱਡ ਦੇ ਚਹੇਤਿਆਂ ਦੇ ਦਿਲਾਂ ਤੇ ਰਾਜ ਕਰ ਰਹੀ ਹੈ। ਨੇਹਾ ਕੱਕੜ ਇੱਕ ਵਰਸੇਟਾਈਲ ਗਾਇਕਾ ਹੈ। ਨੇਹਾ ਕੱਕੜ ਦੇ ਸ਼ੋਅ ਉੱਤਰੀ ਅਮਰੀਕਾ ਵਿੱਚ ਅਗਲੇ ਮਹੀਨੇ ਹੋਣ ਜਾ ਰਹੇ ਹਨ। ਪ੍ਰੈਜ਼ੈਂਟਡ ਬਾਈ ਸਨਰੇ ਗਰੁੱਪ ਐਂਡ ਸੈਲੂਲਰ ਪੁਆਇੰਟ। ਗਲੋਬਲ ਰਿਟੇਲ ਐਡਵਾਂਟੇਜ ਪ੍ਰੈਜ਼ੈਂਟਸ ਨੇਹਾ ਕੱਕੜ ਲਾਈਵ ਇਨ ਕਨਸਰਟ। Along with Indian Idols on Saturday, April 18th at 7:30 p.m. at Paramount Fine Food Center, Mississauga. For bookings and details, call 416-300-6162 or visit ticketmaster.ca. Sponsored by Watan Kabab. ਟੋਰਾਂਟੋ ਵਿੱਚ ਸੰਗੀਤਕ ਸ਼ੋਅ ਕਰਵਾਉਣ ਵਾਲੇ ਪ੍ਰਸਿੱਧ ਪ੍ਰਮੋਟਰ ਸੀਤਲ ਪਨੇਸਰ ਵੱਲੋਂ ਅਮਰ ਪਾਟੀਆ ਤੇ ਬ੍ਰਿਜ ਤ੍ਰਿਖਾ ਦੇ ਸਹਿਯੋਗ ਨਾਲ ਇਸ ਸਾਲ ਨੇਹਾ ਕੱਕੜ ਦਾ ਸ਼ੋਅ 18 ਅਪ੍ਰੈਲ ਨੂੰ ਮਿਸੀਸਾਗਾ ਦੇ ਪੈਰਾਮਾਊਂਟ ਫਾਈਨ ਫੂਡ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸੰਗੀਤਕ ਸ਼ੋਅ ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਅਤੇ ਦੇਰ ਰਾਤ ਤੱਕ ਚੱਲੇਗਾ, ਜਿੱਥੇ ਨੇਹਾ ਕੱਕੜ ਆਪਣੀ ਕਲਾ ਦਾ ਮੁਜ਼ਾਹਰਾ ਕਰੇਗੀ। ਉੱਥੇ ਇਸ ਸ਼ੋਅ ਵਿੱਚ ਸੰਗੀਤ ਦੇ ਮਸ਼ਹੂਰ ਸ਼ੋਅ ਇੰਡੀਅਨ ਆਈਡਲ ਦੇ ਕਲਾਕਾਰ ਵੀ ਪਹੁੰਚ ਰਹੇ ਹਨ। ਇਸ ਸ਼ੋਅ ਨੂੰ ਲੈ ਕੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹੁਣ ਗ੍ਰੈਂਡ ਪ੍ਰਿੰਸ ਸਮੁੰਦਰੀ ਬੇੜੇ ਨੂੰ ਕੈਲੀਫੋਰਨੀਆ ਦੇ ਤੱਟ ਉੱਤੇ ਗਿਆ ਰੋਕਿਆ। ਇਸ ਜਹਾਜ਼ ਵਿੱਚ ਸਵਾਰ ਹਨ 235 ਕੈਨੇਡੀਅਨ। ਕੋਵਿਡ-19 ਦੀ ਜਾਂਚ ਤੋਂ ਬਾਅਦ ਹੀ ਯਾਤਰੀਆਂ ਨੂੰ ਕਰੂਜ਼ ਤੋਂ ਉਤਾਰਨ ਦੀ ਸੰਭਾਵਨਾ। ਕੈਲੀਫੋਰਨੀਆ ਦੇ ਤੱਟ ਉੱਤੇ ਖੜੇ ਕੀਤੇ ਗਏ ਸਮੁੰਦਰੀ ਬੇੜੇ ਵਿੱਚ 200 ਤੋਂ ਵੀ ਵੱਧ ਕੈਨੇਡੀਅਨ ਸਵਾਰ ਹਨ ਤੇ ਇਹਨਾਂ ਸਭਨਾਂ ਦੀ ਕੋਰੋਨਾ ਵਾਇਰਸ ਦੇ ਸੰਬੰਧ ਵਿੱਚ ਜਾਂਚ ਕੀਤੀ ਜਾਣੀ ਹੈ। ਗਲੋਬਲ ਅਫੇਅਰਸ ਕੈਨੇਡਾ ਵੱਲੋਂ ਬੀਤੇ ਦਿਨੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ। ਇਸ ਬੇੜੇ ਦਾ ਨਾਂ ਹੈ ਗ੍ਰੈਂਡ ਪ੍ਰਿੰਸੈਸ ਤੇ ਇਹ ਹਵਾਈ ਤੋਂ ਸੈਨ ਫ੍ਰਾਂਸਿਸਕੋ ਉਤਰਿਆ ਸੀ। ਇਸ ਸਮੁੰਦਰੀ ਬੇੜੇ ਵਿੱਚ 3500 ਯਾਤਰੀ ਸਵਾਰ ਹਨ। ਗਲੋਬਲ ਅਫੇਅਰਸ ਨੇ ਦੱਸਿਆ ਹੈ ਕਿ ਇਸ ਬੇੜੇ ਵਿੱਚ 235 ਕੈਨੇਡੀਅਨ ਸਵਾਰ ਹਨ। ਬੇੜੇ ਉੱਤੇ ਮੌਜੂਦ ਯਾਤਰੀਆਂ ਦੀ ਵਾਇਰਸ ਸੰਬੰਧੀ ਜਾਂਚ ਹੋਵੇਗੀ। ਇਸ ਸਮੇਂ ਕਿੰਨੇ ਕੇਸ ਹਨ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਕਰੂਜ਼ ਲਾਈਨ ਨਾਲ ਉਹ ਪੂਰੇ ਸੰਪਰਕ ਵਿੱਚ ਹਨ ਤੇ ਸਥਾਨਕ ਅਧਿਕਾਰੀ ਤੇ ਅਸੀਂ ਹਾਲਾਤ ਉੱਤੇ ਬਰੀਕੀ ਨਾਲ ਨਜ਼ਰ ਰੱਖ ਰਹੇ ਹਾਂ। ਕੋਵਿਡ-19 ਫੈਲਣ ਦੀ ਚਿੰਤਾ ਉਸ ਸਮੇਂ ਪੈਦਾ ਹੋਈ ਜਦੋਂ 71 ਸਾਲਾ
सक्रामेंटो कैलिफोर्निया दे व्यक्ति दी बीते बुधवार नूं इस वायरस कारण मौत हो गई। ए व्यक्ति 11 तो 21 फरवरी नूं इस बेड़े विच ही सफर करके आया सी। कैलिफोर्निया दे गवर्नर गैविन न्यूसम ने इस व्यक्ति दी मौत तो बाद एमरजेंसी ऐलान दित्ती है। ग्रैंड प्रिंसेस दे मालक प्रिंसेस क्रूजेज ने आख्या है कि फरवरी दे मध्य तक चले ट्रिप दौरान ग्रैंड प्रिंसेस उत्ते 267 कैनेडियन सवार सन। पील पब्लिक हेल्थ वालों बीते वीरवार को इस गल की पुष्टि की गई है कि मिसिसागा ओंटारियो का एक व्यक्ति जेड़ा अपने 60 वर्या विच है भी इस बेड़े विच सफर करके आया है, जबकि कैलगरी की एक महिला जेड़ी के 95 वर्य विच है भी इस बेड़े विच सफर करके आई सी, उसनों भी ए वायरस लग रहा है। न्यूसम ने आख्या कि जदों तक क्रूज उत्ते सवार सारे लोगों की वायरस संबंधी जांच नहीं हो जाती उदों तक यात्रियों नूं बेड़े विच ही सवार रखा जाएगा। प्रिंसेस क्रूजेज ने आख्या कि बेड़े विच इस समय सवार किसी भी व्यक्ति नूं कोरोना वायरस होने की पुष्टि नहीं हुई है, पर कई यात्रियों नूं फ्लू वर्गे लक्षण तो हैं। क्रूज लाइन वालों शुक्रवार को यात्रियों की वायरस संबंधी जांच के नतीजे घोषित करने की संभावना है। मनमीत सिंह पुलर फाउंडेशन करेगी चैरिटेबल संस्थावां की आर्थिक मदद। अल्बर्टा विधानसभा विच पहले दस्तारधारी सिख विधायक वजो चुने गए ते साल 2015 विच एक सड़क दुर्घटना विच मारे गए साबका मंत्री मनमीत सिंह भुल्लर दी याद विच बनाए गए मनमीत सिंह भुल्लर फाउंडेशन वालों वख-वख चैरिटेबल अदारियां नूं $40,000 की ग्रांट देने का ऐलान किया गया है। स्वर्गवासी मनमीत सिंह भुल्लर दे 40वें जन्मदिन ते उक्त ऐलान किया गया है। अपने जीवन काल दौरान जिन्हां कदरां कीमतां नूं मनमीत सिंह प्रणाए रहे उन्हां ही कदरां कीमतां लई काम करदे किसी भी चैरिटेबल अदारे नूं इह रकम दित्ती जावेगी। सैन डियांगो विच 10 साला बच्चे ने पुलिस अधिकारियों ते चलाईयां गोलियां। अमरीका दे सैन डियांगो विच एक 10 साला बच्चे ने पुलिस अधिकारियों ते गोली चला दित्ती। सैन डियांगो पुलिस विभाग दे अधिकारी शॉन त्याग के उची ने दस्या कि मुंडे दे मापिया ने पुलिस नूं फोन कीता सी अते कहा सी कि उन्हां दा बच्चा मानसिक तौर ते पीड़ित है अते उसने खुद नूं हथौड़े अते चाकू नाल लैस कर लिया है। पुलिस अधिकारी मुंडे दे परिवार दे घर पहुंचे जो बोस्टन एवेन्यू विच स्थित है। शॉन ने कहा कि जब पुलिस पहुंची तां बच्चा भज के लुक गया जिथे एक शॉटगन मौजूद सी। उन्होंने कहा कि लड़के ने शॉटगन चुकी अते अधिकारियों ते दो फायर कर दिते। पुलिस अधिकारी ने इस गल की पुष्टि की है कि पुलिस अधिकारियों नूं गोली नहीं लगी। इस घटना के कारण उत्थे दर्जना पुलिस दीआं गड्डियां आ गईआं। पुलिस ने लोगों उस खेतर विच ना जाण दी अपील भी की। पुलिस ने आले दुआले दे घरां नूं भी खाली करवा लिया सी। पुलिस अधिकारी शॉन ने कहा कि इस मामले नूं शांतिपूर्ण ढंग नाल खत्म करन लई गलबात की गई। सवेर 11:15 बजे मुंडे ने पुलिस के सामने आत्मसमर्पण कर दिता। वह हत्थां विच हथियार लैके छप्पर तो बाहर निकलिया। मुंडे नूं हिरासत विच लै लिया गया है ते पुलिस ने पुष्टि की है कि इलाज दे लई उसनूं एक डॉक्टर कोल लिजाया गया। घटना विच किसी तरह का कोई नुकसान होने की कोई खबर नहीं है। गरीबी की परिभाषा ते सरकारी अंकड़ियां दी खेड बीते दिनी कनेडा दे अंकड़ा विभाग वल्लों कनेडियन इनकम सर्वेखण दा डाटा रिलीज किया गया, जिस विच दस्या गया कि कनेडा वासियां दी मीडियन आमदन विच 3.3% वाधा होया है जो वध के $59,800 प्रति साल हो गई है। इस बारे स्थानक एमपी रूबी सोहोता वालों भी जानकारी प्रेस नाल सांझी की गई है। वर्णनयोग है कि जारी किए गए अंकड़े साल 2017 दे हन। प्रेस रिलीज मुताबक 10 लाख कनेडियनां नूं गरीबी दी रेखा तो उपर चुकया गया है, जिस विच 3,34,000 बच्चे अते 73,000 सीनियर हन। बेशक वेखण नूं इह अंकड़े दिलचस्प जापदे हन, पर चेते रखना चाहीदा है कि 2017 विच हाले भी 34 लाख कनेडियन गरीबी दी रेखा तो हेठ सन। गरीबी दूर करन दी रणनीति जनता दे टैक्स डालरां नूं जनता दी जेब विच पाउण उत्ते टिकी हुई है। कैनेडियन प्रेस वल्लों प्राप्त कीती गई जानकारी मुताबक लिबरल मंत्री मंडल ने 2018 विच लोकां दी जेब विच लोकां दे डालर पाउण अते होर थावां उत्ते खर्च कीते जाण वाले डालरां नूं गरीबी दूर करन दे यतन दर्शाउण बारे लंबीआं चौड़ीआं सलाहां कीतीआं सन। इन्हां सलाहां विचों इह नतीजा कढ़िया गया है कि सरकार जो भी पैसा खर्च करे उस बारे अजिहे बयान दित्ते जाण के गरीबी दूर करन लई जतन कीते जा रहे हन। ड्रम खूब जोर नाल वजाए जाण। मिसाल वजों जे बुनियादी ढांचे बारे विभाग वल्लों कोई रिक्रिएशन सेंटर जां सड़कां बणाउण उत्ते खर्च कीता जावे तां रिक्रिएशन सेंटर नूं यूथ विच गरीबी दूर करन अते सड़कां नूं आम पब्लिक विच गरीबी दूर करन दे जतन वजों प्रचारिया जावे। इस दिन आली खबरां दा बुलेटिन खत्म हुंदा है। मनोरंजन ते होर जानकारी ले जुड़े रहो पंजाब स्टार टीवी दे नाल। सत श्री अकाल।